ਉਹਨਾਂ ਦਾ ਟਾਈਮ ਸੀਗਾ ਸਾਡੀ ਮੀਟਿੰਗ ਦਾ ਸੰਮਤੀ ਮੈਂਬਰ ਮੇਰੇ ਪੂਰੇ ਬੈਠੇ ਨੇ ਉਹ ਇਸ ਟਾਈਮ ਇੱਥੇ ਕੋਈ ਨਾ ਵੀਡੀਓ ਨਾ ਕੋਈ ਹੋਰ ਮੁਲਾਜ਼ਮ ਇੱਥੇ ਆ ਰਿਹਾ ਉਹਨਾਂ ਨੂੰ ਅਹਿਮਦ ਸਾਹਿਬ ਕਿਹਦੇ ਪਾਸੇ ਟੱਕੀ ਬੈਠੇ ਨੇ ਅਤੇ ਸਾਡੀ ਇਹ ਮੰਗ ਹੈ ਵੀ ਪ੍ਰਸ਼ਾਸਨ ਜਿਹੜਾ ਸਾਡੇ 'ਤੇ ਦਬਾਅ ਬਣਾਈ ਖੜ੍ਹਾ ਅਤੇ ਮੀਡੀਆ ਜਲਦੀ ਤੋਂ ਜਲਦੀ ਸਾਡੀ ਆਵਾਜ਼ ਉੱਤੇ ਉਠਾਉਣ ਅਤੇ ਸਾਨੂੰ ਅੰਦਰ ਟੱਕੀ ਬੈਠੇ ਨੇ ਤੁਹਾਡੇ ਬਲਾਕ ਸੰਮਤੀ ਮੈਂਬਰ ਕਿੰਨੇ ਨੇ ਸਾਡੇ ਜੀ ਕੁੱਲ ਹੈਗੇ ਸੀ 18 ਇੱਕ ਦੀ ਡੈਥ ਹੋ ਗਈ ਜਿਹਦੇ ਵਿੱਚੋਂ 12 ਹੈਗੇ ਨੇ 17 ਅਤੇ ਜਿਹਦੇ ਵਿੱਚੋਂ 12 ਮੈਂਬਰ ਸਾਡੇ ਕੋਲ ਮੌਜੂਦ ਹੈਗੇ ਨੇ 10 ਆ ਗਏ ਅਤੇ 2 ਮੈਂਬਰ ਹੋਰ ਆ ਰਹੇ ਨੇ 12 ਨੇ ਮੇਰੇ ਕੋਲ ਕੋਰਮ ਪੂਰਾ ਕਰਨ ਵਾਸਤੇ ਕਿੰਨੇ ਮੈਂਬਰਾਂ ਦੀ ਰਿਕੁਆਇਰਮੈਂਟ ਹੈ ਜੀ ਇਹ ਜੀ 9 ਮੈਂਬਰ ਹੋਣ ਤਾਂ ਸਾਡਾ ਕੋਰਮ ਪੂਰਾ ਹੈ ਪਰ ਮੇਰੇ ਕੋਲ 12 ਮੈਂਬਰ ਮੌਜੂਦ ਨੇ ਫਿਰ ਤੁਸੀਂ ਆਪਣੀ ਮੀਟਿੰਗ ਕਿਉਂ ਸ਼ੁਰੂ ਨਹੀਂ ਕਰ ਰਹੇ ਮੀਟਿੰਗ ਸਾਡੀ ਸ਼ੁਰੂ ਹੈ ਜੀ ਪ੍ਰਸ਼ਾਸਨ ਲਿਖੇ ਬਾਅਦ ਵਿੱਚ ਮੁੱਕਰ ਜਾਣਗੇ ਵੀ ਇਹਨਾਂ ਨੇ ਲਿਖੀ ਹੈ ਆਹ ਕਾਰਵਾਈ ਮੇਰੇ ਕੋਲ ਪਈ ਜੀ ਆਹ ਵੇਖੋ ਕੋਈ ਇੱਥੇ ਆਉਣ ਨੂੰ ਤਿਆਰ ਹੀ ਨਹੀਂ ਮੁਲਾਜ਼ਮ ਇਹ ਵੀਡੀਓ ਦੀ ਜ਼ਿੰਮੇਵਾਰੀ ਆ ਅਤੇ ਆਹ ਵੇਖੋ ਜੀ ਆਹ ਕਾਰਵਾਈ ਪਈ ਕੋਈ ਵੀਡੀਓ ਨਹੀਂ ਆ ਰਿਹਾ ਕੋਈ ਕੁਛ ਨਹੀਂ ਇਹ ਕੋਈ ਬੰਦਾ ਨਹੀਂ ਆ ਰਿਹਾ ਇੱਥੇ ਲਿਖਣ ਵਾਸਤੇ ਅਸੀਂ ਥੋੜ੍ਹੀ ਲਿਖਣੀ ਹੈ ਵੀਡੀਓ ਨੇ ਲਿਖਣੀ ਜਾਂ ਜਿਹੜਾ ਸਾਡਾ ਸੁਪਰਡੈਂਟ ਉਹਨੇ ਲਿਖਣੀ ਕਾਰਵਾਈ ਤੁਸੀਂ ਉਹਨਾਂ ਨਾਲ ਫੋਨ ਤੇ ਸੰਪਰਕ ਕੀਤਾ ਜੀ 3-4 ਵਜੇ ਮੰਗਾਇਆ ਨਹੀਂ ਆਉਂਦੇ ਕੀ ਕਹਿੰਦੇ ਨੇ ਕਹਿੰਦੇ ਆ ਜਾਂਦੇ ਸਾਰੀਆਂ ਸਾਡੇ ਨਾਲ ਲੇਡੀਜ਼ ਨੇ ਤੁਸੀਂ ਮੀਟਿੰਗ ਦਾ ਕੋਈ ਨਿਰਧਾਰਿਤ ਸਮਾਂ ਉਹਨਾਂ ਨਾਲ ਪਹਿਲਾਂ ਤੈਅ ਕੀਤਾ ਸੀਗਾ ਤੈਅ ਕੀਤਾ ਹੋਇਆ ਜੀ ਮੀਟਿੰਗ ਸਾਡੇ ਕੋਲ ਚਿੱਠੀਆਂ ਗਈਆਂ ਸਾਰਿਆਂ ਕੋਲ ਦਫ਼ਤਰ ਤੋਂ ਲੈਟਰ ਗਏ ਇਹ ਮੇਨ ਮੀਟਿੰਗ ਜਿਹੜੀ ਹੈਗੀ ਹੈ 1,34,00,000 ਰੁਪਇਆ ਜਿਹੜਾ 15ਵੇਂ ਵਿੱਤ ਦਾ ਆਇਆ ਹੋਇਆ ਉਹਦੇ ਸੰਬੰਧ ਵਿੱਚ ਗ੍ਰਾਂਟ ਕਿੱਥੇ ਲਾਈ ਜਾਣੀ ਹੈ ਕਿਉਂਕਿ ਇਹ ਮੈਟਰ ਦੇ ਆਧਾਰ ਤੇ ਜਨਸੰਖਿਆ ਮੁਤਾਬਕ ਜਿੰਨੇ ਵੀ ਜ਼ੋਨ ਨੇ ਉਹਨਾਂ ਦੇ ਵਿੱਚ ਪੂਰੇ ਪ੍ਰੋਪਰ ਵੰਡ ਕੇ ਲਾਈ ਜਾਣੀ ਹੈ ਪਰ ਦਵਿੰਦਰ ਕਪਾਏ ਵੱਲੋਂ ਬਕਾਇਦਾ ਜਿਹੜਾ ਸਾਡੇ ਚੇਅਰਮੈਨ ਚੇਅਰਪਰਸਨ ਬਾਗੋ ਬਾਈ ਹੈ ਉਹਨਾਂ ਦੇ ਪਤੀ ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਪਹਿਲੇ ਜਿਵੇਂ 90,00,000 ਰੁਪਇਆ ਆਈ ਸੀ ਤਾਂ ਉਹ ਕਹਿੰਦੇ ਸੀ 80,00,000 ਰੁਪਇਆ ਸਾਨੂੰ ਦਿਓ ਜਿਹੜਾ ਅਸੀਂ ਆਪਦੀ ਮਨ ਮਰਜ਼ੀ ਮੁਤਾਬਕ ਉਹਨੂੰ ਲਾਈਏ ਉਹਦੇ ਵਿੱਚ ਖੁਰਦ ਬੁਰਦ ਕਰੀਏ ਪਰ ਜਿਹੜਾ ਚੇਅਰਮੈਨ ਸਾਹਿਬ ਨੇ ਸਾਡੇ ਨਾਲ ਤਾਲਮੇਲ ਕੀਤਾ ਵੀ ਮੈਂ ਜਿਹੜਾ ਮੈਟਰ ਦੇ ਆਧਾਰ ਤੇ ਜਿੰਨੇ ਵੀ ਜ਼ੋਨ ਨੇ ਉਹਨਾਂ ਸਾਰੇ ਜ਼ੋਨਾਂ ਦੇ ਵਿੱਚ ਜਿਹੜੀ ਇਹ ਗ੍ਰਾਂਟ ਲਾਈ ਜਾਵੇਗੀ ਤੇ ਉਸ ਮੁਤਾਬਕ ਅਸੀਂ ਵੀ ਸਹਿਮਤੀ ਦਿੰਨੇ ਆ ਕੋਰਮ ਪੂਰਾ ਹੈ ਚੇਅਰਮੈਨ ਦਾ ਤੇ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਾ ਹੁਣ ਪਹਿਲਾਂ ਜਦੋਂ ਅਸੀਂ ਐਂਟਰੀ ਕਰੇ ਦਫ਼ਤਰ ਦੇ ਵਿੱਚ ਤਾਂ ਵੱਡੀ ਗਿਣਤੀ ਵਿੱਚ ਜਿਹੜੇ ਪੁਲਿਸ ਫੋਰਸ ਦੇ ਨਾਲ ਦਬਾਉਣਾ ਚਾਹੁੰਦੇ ਨੇ ਔਰ ਜਿਹੜਾ ਸਿਵਲ ਪ੍ਰਸ਼ਾਸਨ ਹੈ BDPO ਦਾ ਉਹਦੇ ਤੇ ਵੀ ਦਬਾਅ ਬਣਾਇਆ ਹੋਇਆ ਇੱਥੇ ਅੱਜ ਤੱਕ ਅਧਿਕਾਰੀ ਨਹੀਂ ਕੋਈ ਪਹੁੰਚਾ ਜਿਹੜਾ BDPO ਦਾ ਇੱਥੇ ਆਉਣਾ ਜ਼ਰੂਰੀ ਸੀ 11 ਵਜੇ ਮੀਟਿੰਗ ਦਾ ਟਾਈਮ ਸੀ ਹਾਲੇ ਤੱਕ ਕੋਈ ਅਧਿਕਾਰੀ ਪਹੁੰਚਿਆ ਹੀ ਨਹੀਂ ਅੰਦਰ ਤੇ ਖਾਣਾ ਪੂਰਤੀ ਕਰਨ ਵਾਸਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਦਬਾਅ ਬਣਾਇਆ ਜਾ ਰਿਹਾ ਅਸੀਂ ਇਹਦੀ ਨਿੰਦਾ ਕਰਦੇ ਹਾਂ ਔਰ ਅਗਲੇ ਸਮੇਂ ਤੱਕ ਜਿਹੜਾ ਹੈਗਾ ਅਸੀਂ ਇਹਨੂੰ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਕਿਉਂਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਇਸ ਤਰ੍ਹਾਂ ਦੀ ਘਟਨਾ ਕਰਨੀ ਬਹੁਤ ਮਾੜੀ ਗੱਲ ਹੈ ਕਿਉਂਕਿ ਸਾਡੇ ਕੋਲ ਜਿਹੜੇ ਬਕਾਇਦਾ ਅਸੀਂ 18 ਬਲਾਕ ਸੰਮਤੀ ਮੈਂਬਰ ਫਾਜ਼ਿਲਕਾ ਬਲਾਕ ਦੇ ਵਿੱਚੋਂ ਚੁਣ ਕੇ ਆਏ ਸੀ ਸਹਿਮਤ ਨਹੀਂ ਆ ਜਿਸ ਤੋਂ ਸਾਬਤ ਹੁੰਦਾ ਕਿ ਉਹਦਾ ਫੋਰਮ ਪੂਰਾ ਨਹੀਂ ਹੈ ਤੇ ਉਦੋਂ ਜਦੋਂ ਇਸ ਸੰਬੰਧ ਜਦੋਂ ਉਹਨੂੰ ਪੁੱਛਿਆ ਕਿ ਕਾਰਵਾਈ ਕੀਤੀ ਹੈ ਤੇ ਉਹਨੇ ਇਹ ਵੀ ਕਿਹਾ ਕਿ ਮੈਂ ਕਾਰਵਾਈ ਲੈ ਕੇ ਨਹੀਂ ਆਈ ਜਦ ਇੱਥੇ ਕਾਰਵਾਈ ਨਹੀਂ ਹੈਗੀ ਤੇ ਫਿਰ ਉਹਨੇ ਮੀਟਿੰਗ ਕਰਕੇ ਕਿਸ ਚੀਜ਼ ਤੇ ਕਰਾਉਣੀ ਸੀ ਉਹ ਕਹ ਰਹੇ ਉਹਨਾਂ ਨੇ ਆਰੋਪ ਲਾਇਆ ਕਿ ਸਵੇਰ ਤੇ ਉਹ ਵੇਟ ਕਰ ਰਿਹਾ ਤੁਸੀਂ ਨਹੀਂ ਆ ਰਹੇ ਸੀਗੇ ਤੇ ਕਿਤੇ ਨਾ ਕਿਤੇ ਇਸ ਮਸਲੇ ਵਿੱਚ ਸਿਆਸਤ ਵੀ ਹੋ ਰਹੀ ਹੈ ਨਹੀਂ ਇਹ ਤੇ ਉਹਨਾਂ ਦਾ ਫਾਇਦਾ ਸੀ ਦੇਖੋ ਜੀ ਉਹ ਆਪਣਾ ਅਸੀਂ ਤਾਂ ਉਸ ਸਮਾਂ ਉਹਨਾਂ ਨੂੰ ਟਾਈਮ ਦਿੱਤਾ ਵੀ ਆਪਣਾ ਕੋਰਮ ਸਿੱਧ ਕਰ ਲਓ ਜਦਕਿ ਮੈਂਬਰ ਉਹਨਾਂ ਦੇ ਨਾਲ ਨਹੀਂ ਸੀ ਸਰ ਉਹਨਾਂ ਨੇ ਮੀਡੀਆ ਦੇ ਵਿੱਚ ਉਹਨਾਂ ਨੇ ਪ੍ਰੋਪਰ ਆਪਦੀ 9 ਮੈਂਬਰਾਂ ਦੀ ਲਿਸਟ ਦਿੱਤੀ ਆਪਦਾ ਕੋਰਮ ਪੂਰਾ ਦੱਸਿਆ ਉਹਨਾਂ ਨੇ ਮੀਡੀਆ ਦੇ ਸਾਹਮਣੇ ਤੁਹਾਡੇ ਨਾਲ ਫੋਨ ਤੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਗੋਂ ਉਹਨਾਂ ਨੂੰ ਕੋਈ ਸੈਟੀਸਫੈਕਟਰੀ ਰਿਪਲਾਈ ਨਹੀਂ ਮਿਲਿਆ ਇਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜੇ ਇਹਨਾਂ ਕੋਲ 9 ਮੈਂਬਰ ਹੈਗੇ ਆ ਆਹ ਸੰਮਤੀ ਦੀ ਮੀਟਿੰਗ ਅਜੇ ਵੀ ਖੁੱਲੀ ਹੋਈ ਹੈ ਉਹ ਇੱਥੇ ਸਾਡੇ ਸਾਹਮਣੇ ਪੇਸ਼ ਕਰਦੇ ਨੇ ਵੀ 9 ਮੈਂਬਰ ਹੈਗੇ ਆ ਲਿਸਟ ਤੇ ਅਸੀਂ 10 ਬੰਦਿਆਂ ਦੀ ਵੀ ਦੇ ਸਕਦੇ ਆ ਕਾਰਵਾਈ ਦੇਣਗੇ ਤਾਂ ਅੱਛਾ ਜਦ ਤੱਕ ਕਾਰਵਾਈ ਸਾਈਨ ਨਹੀਂ ਹੁੰਦੇ ਉਹਨਾਂ ਮੈਂਬਰਾਂ ਦੇ ਉਨੀ ਦੇਰ ਉਹ ਲਿਸਟ ਨਹੀਂ ਮੰਨੀ ਜਾਊਗੀ ਇੱਥੇ ਦਬਾਅ ਪਾਇਆ ਰਿਹਾ ਅਹਿਮਦ ਸਾਹਿਬ ਆ ਗਏ ਅਸੀਂ ਨਹੀਂ ਬਹਿਣਾ ਇਹ ਬੈਠੇ ਰਹਿਣ ਅਸੀਂ ਚੱਲੇ ਆਪਦੇ ਘਰੇ ਸਾਡੇ ਕੋਲ ਫੋਰਮ ਪੂਰਾ ਹੈ 11 ਵਜੇ ਦਾ ਟਾਈਮ ਸੀਗਾ ਸਾਡਾ ਕੋਈ ਨਹੀਂ ਸਾਡੀ ਸੁਣੀ ਨਹੀਂ 11 ਵਜੇ ਹੁਣ ਟਾਈਮ ਵੇਖੋ ਕਿੰਨਾ ਹੋ ਗਿਆ 1 ਵੱਜ ਗਿਆ ਸਵੇਰ ਦੇ BPO ਅੰਦਰ ਬਿਠਾ ਕੇ ਬੈਠਿਆ ਸੀ ਅੱਛਾ ਜੀ ਭੁੱਖੇ ਬਾਣੇ ਹੁਣ ਜਿਹੜੇ ਤੁਹਾਡੇ ਨਾਲ ਸਾਰੇ ਮੈਂਬਰ ਨੇ ਸਾਰੇ ਦੇ ਸਾਰੇ ਤੁਸੀਂ ਬਾਹਰ ਆ ਗਏ ਕਮਰੇ ਤੋਂ ਅਸੀਂ ਕਮਰੇ ਤੋਂ ਬਾਹਰ ਆ ਗਏ ਅੱਜ ਚੇਅਰਮੈਨ ਸਾਹਿਬ ਨੇ ਆਪਦੀ ਕੋਰਮ ਦੀ ਕਮੇਟੀ ਦੀ ਪੂਰੀ ਰੱਖੀ ਸੀ ਤੇ ਉਹਦੇ ਵਿੱਚ ਉਹ ਕਹਿ ਰਹੇ ਨੇ ਕੁਬਾਇਆ ਸਾਹਿਬ ਵੱਲੋਂ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਇਸ ਕਰਕੇ ਉਹ ਦਫ਼ਤਰ ਛੱਡ ਕੇ ਆਪਦਾ ਬਾਹਰ ਜਾ ਵੜੇ ਨੇ ਇਹਦੇ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਕੋਈ ਦਬਾਅ ਨਹੀਂ ਜੀ ਇਹ ਕਾਫੀ ਦਿਨਾਂ ਦਾ ਮਸਲਾ ਚੱਲ ਰਿਹਾ ਸੀ DDPO ਸਾਹਿਬ ਨੇ ਕੋਰਮ ਸਿੱਧ ਕਰਨ ਦੀ ਮੀਟਿੰਗ ਅੱਜ ਰੱਖੀ ਸੀ ਔਰ ਬਲਾਕ ਸੰਮਤੀ ਦੇ ਮੈਂਬਰ 11 ਵਜੇ ਦਾ ਟਾਈਮ ਸੀਗਾ ਸਾਰੇ ਮੈਂਬਰ ਆਏ ਸੀ ਅਸੀਂ ਤਾਂ ਉਹਨਾਂ ਦੇ ਮੈਂਬਰਾਂ ਦੀ ਵੇਟ ਕਰਦੇ ਰਹੇ 2 ਘੰਟੇ ਹੋ ਗਏ ਅਸੀਂ ਬੈਠੇ ਹਾਂ ਉਹਨੂੰ ਟਾਈਮ ਦਿੱਤਾ ਵੀ ਤੂੰ ਆਪਦਾ ਕੋਰਮ ਸਿੱਧ ਕਰ
ਉਹਦੇ ਮੈਂਬਰ ਨਹੀਂ ਆਏ ਤਾਂ ਉਹ ਜਦੋਂ ਅਫਸਰਾਂ ਵੱਲੋਂ ਕਿਹਾ ਗਿਆ ਕਿ ਜਿਹੜੀ ਕਾਰਵਾਈ ਆਪਾਂ ਪਾਈਏ ਵੀ ਤੇਰਾ ਕੋਰਮ ਸਿੱਧ ਨਹੀਂ ਹੋਇਆ ਤਾਂ ਉਹ ਇੱਥੋਂ ਦਫ਼ਤਰ ਤੋਂ ਉੱਠ ਕੇ ਬਾਹਰ ਚਲਾ ਗਿਆ ਔਰ ਇੱਥੋਂ ਸਾਫ਼ ਹੁੰਦਾ ਵੀ ਉਹਦੇ ਨਾਲ ਮੈਂਬਰ ਹੈ ਨਹੀਂ ਔਰ ਬਲਕਿ ਉਹਦੇ ਅਗੇਂਸਟ ਜਿਹੜੇ ਕਾਫ਼ੀ ਸਾਰੇ ਮੈਂਬਰ ਲਿਖ ਕੇ ਦੇ ਚੁੱਕੇ ਆ ਕਿ ਅਸੀਂ ਚੇਅਰਮੈਨ ਦੇ ਨਾਲ ਨਹੀਂ ਹੈਗੇ ਔਰ ਉਹ ਐਵੇਂ ਬੇਫਜੂਲੀ ਦੇ ਇੱਦਾਂ ਦੀ ਡਰਾਮੇਬਾਜ਼ੀ ਕਰ ਰਿਹਾ ਔਰ ਜੋ ਕਾਰਵਾਈ ਹੈਗੀ ਉਹ ਅਫਸਰ ਸਾਹਿਬਾਨ ਵੇਖਣਗੇ ਜੋ ਬਣਦੀ ਹੋ ਤੁਹਾਨੂੰ ਕਿੰਨੇ ਮੈਂਬਰ ਉਹਨਾਂ ਦੇ ਖਿਲਾਫ਼ ਲਿਖ ਕੇ ਦੇ ਕੇ ਗਏ ਨੇ ਸਾਨੂੰ 9 ਮੈਂਬਰ ਔਰ 10ਵਾਂ ਜਿਹੜਾ ਕਿ MLA ਹੁੰਦਾ ਉਹ ਵੀ ਸੰਮਤੀ ਦਾ ਇੱਕ ਮੈਂਬਰ ਹੁੰਦਾ ਔਰ ਅਸੀਂ 10 ਮੈਂਬਰ ਜਿਹੜੇ ਅਸੀਂ ਲਿਖ ਕੇ ਪਹਿਲੇ ਦੇ ਚੁੱਕੇ ਹਾਂ ਕਿ ਉਹਦਾ